ਸਿੱਖ ਕੌਮ ਨੇ ਮਤਲਬ ਜਿਹੜੀ ਮਿਹਨਤ ਕੀਤੀ ਆ ਦਿਨ ਰਾਤ, ਮੇਰੇ ਫਰੀਦਕੋਟ ਦੇ ਜਿਹੜੇ ਸਪੋਟਰ ਹੈ, ਹਲਕਾ ਵਾਸੀ ਹੈ, ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ 'ਚ, ਦੁਪਹਿਰ 'ਚ, ਗਰਮੀ 'ਚ, ਬਾਈ ਜੀ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪਿਲਾ ਦੇ, ਮੈਨੂੰ ਇਹ ਨਹੀਂ ਕਿਹਾ ਚਾਹ ਪਿਲਾ ਦੇ, ਮੈਨੂੰ ਇਹ ਨਹੀਂ ਕਿਹਾ ਰੋਟੀ ਖਿਲਾ ਦਿਉ, ਨਾ ਤੇਲ ਮੰਗਿਆ, ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਬਾਈ ਜੀ। ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ, 30-31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚਾਹੋ ਸੀ। ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ। ਮੈਂ ਦੇਖੋ ਇਕੱਲਾ ਬੰਦਾ ਕੁਛ ਨਹੀਂ ਹੁੰਦਾ, ਠੀਕ ਹੈ ਨਾ ਜੀ, ਇਕੱਲਾ ਬੰਦਾ ਕੁਛ ਨਹੀਂ ਹੁੰਦਾ, ਸਾਰਿਆਂ ਦੇ ਸਹਿਯੋਗ ਨਾਲ ਹੀ ਹੈ। ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦਕੋਟ ਵਾਲਿਆਂ ਨੇ। ਬਹੁਤ ਥੋੜਾ ਸੀਗਾ, ਬਹੁਤ ਸਮੇਂ, ਥੋੜੇ ਸਮੇਂ 'ਚ ਕੱਢਾ। ਹਾਂਜੀ, ਹਾਂ ਬਸ ਕੋਈ ਨਹੀਂ, ਦੇਖ ਲਓ ਜੇ ਸਮਾਂ ਵੱਧ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ, ਹੋਰ ਵੱਧ ਜਾਣੀ। 20,000 ਦੇ ਕਰੀਬ ਚੱਲਦੇ ਪਏ।